ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਦਾ ਅਤੇ ਅੱਜ ਵੈਲਕਮ ਬੈਕ ਟੂ ਮਾਈ ਨਿਊ ਵੀਡੀਓ ਅਤੇ ਅੱਜ ਆਪਾਂ ਦੂਸਰੀ ਵੀਡੀਓ ਲੈ ਕੇ ਆ ਰਹੇ ਹਾਂ ਇੰਟਰਨੈਸ਼ਨਲ ਸਟੂਡੈਂਟਸ ਅਤੇ ਉਹਨਾਂ ਦੀ ਕਾਰਸ ਬਾਰੇ ਅਤੇ ਜਿਹੜੀ ਅੱਜ ਦੀ ਵੀਡੀਓ ਆ ਉਹ ਲਗਜ਼ਰੀ ਅਤੇ ਪਾਵਰ ਦਾ ਕੰਬੀਨੇਸ਼ਨ ਅਤੇ ਸਾਰਿਆਂ ਨੂੰ ਪਤਾ ਕਿ ਜਿਵੇਂ ਕਿ ਜੈਗੁਆਰ ਇੰਡੀਆ ਵਿੱਚ ਬਹੁਤ ਜ਼ਿਆਦਾ ਫੇਵਰੇਟ ਆ ਲੋਕਾਂ ਦੀ ਅੱਜ ਆਪਾਂ ਗੱਲ ਕਰਾਂਗੇ 2016 ਮਾਡਲ ਜੈਗੁਆਰ XF S S S ਮਾਡਲ ਇਹ ਹੈਗਾ ਸਪੋਰਟਸ ਮਾਡਲ ਅਤੇ ਇਹਦੇ ਵਿੱਚ ਹੁੰਦੇ ਆਲ ਵੀਲ ਡਰਾਈਵ ਜਿਹੜਾ ਸਪੋਰਟਸ ਮਾਡਲ ਨਹੀਂ ਉਹਦੇ ਵਿੱਚ ਸਿਰਫ ਰੇਅਰ ਵੀਲ ਡਰਾਈਵ ਹੁੰਦਾ ਸੋ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਅਤੇ ਸਭ ਤੋਂ ਪਹਿਲਾਂ ਇੰਟੀਰੀਅਰ ਅਤੇ ਪਾਵਰ ਜਾਣਨ ਤੋਂ ਪਹਿਲਾਂ ਆਪਾਂ ਇਹਦੀ ਨਿਗਾਹ ਮਾਰ ਲੈਂਦੇ ਹਾਂ ਇਹਦੀ ਇੱਕ ਜਿਹੜੀ ਲੁਕਸ ਦੇ ਉੱਤੇ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਭ ਤੋਂ ਵਧੀਆ ਇਹਦੀ ਲੱਗਦੀ ਹੈ ਮੈਨੂੰ ਹੈੱਡਲਾਈਟਸ ਤੁਸੀਂ ਦੇਖ ਸਕਦੇ ਹੋ ਹੈੱਡਲਾਈਟਸ ਦੇ ਵਿੱਚ 1 2 3 4 5 ਐੱਲ ਈ ਡੀ ਲਾਈਟਸ ਨੇ ਕਿ ਬਹੁਤ ਸੋਹਣੀ ਲੱਗਦੀ ਹੈ ਰਾਤ ਨੂੰ ਜਗਦੇ ਹੋਏ ਅਤੇ ਅਗਰ ਰਾਤ ਤੋਂ ਬਿਨਾਂ ਇਹਦੇ ਥੱਲੇ ਜਿਹੜੀ ਆ ਤੁਸੀਂ ਲਾਈਨ ਦੇਖ ਰਹੇ ਹੋ ਅਤੇ ਅਗਰ ਤੁਸੀਂ ਇੰਡੀਕੇਸ਼ਨ ਦਿੰਦੇ ਹੋ ਤਾਂ ਇਹ ਵੀ ਚੱਲਦੀ ਹੈ ਪਲੱਸ ਆ ਤਾਂ ਚੱਲਦਾ ਹੀ ਹੈ ਅਤੇ ਇਹਦੇ ਵਿੱਚ ਹੋਰ ਡਿਟੇਲਸ ਦੇਖਣ ਵਾਲੀ ਗੱਲ ਹੈ ਕਿ ਅਗਰ ਤੁਸੀਂ ਦੇਖੋਗੇ ਸਾਈਡ 'ਤੇ ਇੰਡੀਕੇਟਰ ਦੇ ਵਿੱਚ ਵੀ ਜੈਗੁਆਰ ਦਾ ਲੋਗੋ ਬਣਿਆ ਸੋ ਇਹ ਪੂਰੀ ਗੱਡੀ ਦੇ ਵਿੱਚ ਛੋਟੀ ਛੋਟੀ ਬਾਰੀਕੀਆਂ ਅਤੇ ਬਹੁਤ ਜ਼ਿਆਦਾ ਕੰਮ ਕੀਤਾ ਹੋਇਆ ਜਿਵੇਂ ਤੁਸੀਂ ਦੇਖ ਸਕਦੇ ਸਾਈਡ 'ਤੇ ਵੈਂਟ ਹੈ ਉਹਦੇ ਉੱਤੇ ਜੈਗੁਆਰ ਦਾ ਲੋਗੋ ਹੈ ਜੈਗੁਆਰ ਲਿਖਿਆ ਹੋਇਆ ਇਹਦੇ ਵਿੱਚ ਸਾਈਡ ਮੀਰਰਸ ਦੇ ਉੱਤੇ ਐੱਲ ਈ ਡੀ ਹੈ ਅਗਰ ਆਪਾਂ ਇੰਡੀਕੇਸ਼ਨ ਦਿੰਦੇ ਤਾਂ ਇੱਥੇ ਐੱਲ ਈ ਡੀ ਚੱਲਦੀ ਹੈ ਅਤੇ ਫਰੰਟ ਦੇ ਉੱਤੇ ਗੱਲ ਕਰਦੇ ਹਾਂ ਕਿ ਜਿਵੇਂ ਤੁਸੀਂ ਦੇਖ ਸਕਦੇ ਹੋ ਜੈਗੁਆਰ ਦਾ ਲੋਗੋ ਹੈ ਅਤੇ ਲੋਗੋ ਦੇ ਉੱਤੇ ਹੀ ਇੱਕ ਛੋਟਾ ਜਿਹਾ ਕੈਮਰਾ ਹੈ ਇਹ ਕੈਮਰੇ ਦੇ ਦੋ ਫੰਕਸ਼ਨ ਇੱਕ ਤਾਂ ਜਦੋਂ ਆਪਾਂ ਪਾਰਕਿੰਗ ਕਰਨੀ ਹੁੰਦੀ ਹੈ ਉਦੋਂ ਵੀ ਇਹ ਅੱਗੇ ਪ੍ਰੋਕਸੀਮਿਟੀ ਸੈਂਸਰ ਹੈ ਕਿ ਅਗਰ ਅਸੀਂ ਕਿਸੇ ਵਹੀਕਲ ਦੇ ਉੱਤੇ ਜਾਂ ਕੋਈ ਵੀ ਅੱਗੇ ਓਬਸਟੈਕਲ ਆ ਜਾਂਦੀ ਹੈ ਉਹਦੇ ਜ਼ਿਆਦਾ ਕਰੀਬ ਹੋ ਜਾਂਦੇ ਹਾਂ ਅਤੇ ਸਾਨੂੰ ਅੰਦਰ ਅਲਾਰਮ ਛੋਟਾ ਜਿਹਾ ਬੀਪ ਬੀਪ ਦੀ ਆਵਾਜ਼ ਆਉਂਦੀ ਹੈ ਤਾਂ ਕਿ ਆਪਾਂ ਬ੍ਰੇਕ ਲਗਾ ਦਈਏ ਪਲੱਸ ਅਗਰ ਇਹ ਅਗਰ ਆਪਾਂ ਹਾਈਵੇ ਦੇ ਉੱਤੇ ਜਾ ਰਹੇ ਹਾਂ ਅਤੇ ਹਾਈਵੇ ਦੇ ਉੱਤੇ ਜਾਂਦੇ ਜਾਂਦੇ ਅਗਰ ਕੋਈ ਗੱਡੀ ਆਪਾਂ ਸਾਡੇ ਸਾਹਮਣੇ ਆ ਜਾਂਦੀ ਹੈ ਅਤੇ ਆਟੋਮੈਟਿਕਲੀ ਸਟੋਪ ਹੋ ਜਾਂਦੀ ਹੈ ਜਾਂ ਫਿਰ ਆਪਣੀ ਰਫ਼ਤਾਰ ਉਨੀ ਘੱਟ ਕਰ ਲੈਂਦੀ ਹੈ ਅਤੇ ਜਦੋਂ ਹੀ ਗੱਡੀ ਦੁਬਾਰਾ ਉਨੀ ਡਿਸਟੈਂਸ 'ਤੇ ਆ ਜਾਂਦੀ ਤਾਂ ਦੁਬਾਰਾ ਇਹ ਆਪਣੀ ਸਪੀਡ ਉੱਥੇ ਜਿੰਨੀ ਆਪਾਂ ਸੈੱਟ ਕੀਤੀ ਹੁੰਦੀ ਹੈ ਕਰੂਜ਼ ਮੋਡ 'ਤੇ ਉਨੀ ਕਰੂਜ਼ ਮੋਡ ਦੇ ਉੱਤੇ ਵਾਪਸ ਗੱਡੀ ਆ ਜਾਂਦੀ ਹੈ ਪਲੱਸ ਇਹਦੇ ਅੱਗੇ ਟਾਇਰਸ ਨੇ ਇਹ 19 ਇੰਚੀਸ ਟਾਇਰ ਨੇ ਅਤੇ ਵਿਚਕਾਰ ਜੈਗੁਆਰ ਦਾ ਲੋਗੋ ਹੈ ਕੈਲੀਪਰ ਰੈੱਡ ਹੀ ਆਉਂਦੇ ਆਊਟ ਸਟੋਕ ਹੀ ਪਿੱਛੋਂ ਦੀ ਇਹ ਵੀਲਸ ਵੀ ਸਟੋਕ ਹੀ ਨੇ ਲੋ ਪ੍ਰੋਫਾਈਲ ਵੀਲਸ ਨੇ ਅਤੇ ਪਿੱਛੇ ਦੇਖ ਲੈਂਦੇ ਹਾਂ ਪਿੱਛੇ ਆ ਜਾਂਦੀ ਇਹਦੇ ਬਹੁਤ ਵਧੀਆ ਜਿਹੜੀ ਇਹਦੀ ਬੈਕ ਲਾਈਟਸ ਹੈ ਆ ਸਾਰੀ ਜਦੋਂ ਆਪਾਂ ਬ੍ਰੇਕ ਲਗਾਉਂਦੇ ਹਾਂ ਅਤੇ ਆ ਜਿਹੜੀ ਤੁਸੀਂ ਡਿਜ਼ਾਇਨ ਦੇਖ ਸਕਦੇ ਹੋ ਆ ਸਾਰਾ ਇਹਦਾ ਬੈਕ ਲਾਈਟ ਦਾ ਡਿਜ਼ਾਇਨ ਹੈ ਬਹੁਤ ਸੋਹਣਾ ਲੱਗਦਾ ਜਦੋਂ ਵੀ ਬ੍ਰੇਕ ਲੱਗਦੀ ਹੈ ਪਲੱਸ ਜੈਗੁਆਰ ਦਾ ਲੋਗੋ ਆ ਜਾਂਦਾ ਇੱਥੇ ਅਤੇ ਆਲ ਵੀਲ ਡਰਾਈਵ ਮੋਡ XF ਦਾ ਮਾਡਲ ਹੈ ਪਲੱਸ ਅਤੇ ਕੈਮਰਾ ਪਿੱਛੇ ਇਹ ਵੀ ਸੇਮ ਕਿ ਅਗਰ ਆਪਾਂ ਕਰਨੀ ਹੋਵੇ ਪਾਰਕਿੰਗ ਲਾਉਣੀ ਹੋਵੇ ਬੈਕ ਕੈਮਰਾ ਅਤੇ ਪ੍ਰੋਕਸੀਮਿਟੀ ਸੈਂਸਰ ਅੰਦਰ ਆਪਾਂ ਨੂੰ ਪਤਾ ਲੱਗ ਜਾਂਦਾ ਸੋ ਓਵਰਆਲ ਲੁੱਕ ਦਿਖਾ ਦਿੰਦੇ ਹਾਂ ਤੁਹਾਨੂੰ ਸਾਈਡ ਤੋਂ ਅਤੇ ਚਲੋ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਅਤੇ ਅੰਦਰੋਂ ਦਿਖਾਉਂਦੇ ਹਾਂ ਕਿ ਕਿਵੇਂ ਦੀ ਆ ਓਕੇ ਸੋ ਸਭ ਤੋਂ ਪਹਿਲੀ ਗੱਲ ਕਿ ਜਦੋਂ ਵੀ ਆਪਾਂ ਅਜੇ ਗੱਡੀ ਆਉਣ ਨਹੀਂ ਹੈਗੀ ਐਜ਼ ਤੁਸੀਂ ਗੱਡੀ ਦੇ ਅੰਦਰ ਆਉਂਦੇ ਹੋ ਤਾਂ ਤੁਸੀਂ ਦੇਖਦੇ ਹੋ ਜੈਗੁਆਰ ਦਾ ਸਾਈਨ ਆਉਂਦਾ ਅਤੇ ਇੱਥੇ ਵੀ ਜੈਗੁਆਰ ਦਾ ਸਾਈਨ ਆਉਂਦਾ ਅੱਗੇ ਆ ਕੇ ਦਿਖਾ ਦੇ ਥੋੜ੍ਹਾ ਅੱਗੇ ਜੈਗੁਆਰ ਦਾ ਸਾਈਨ ਆਉਂਦਾ ਅੰਦਰ ਰਾਈਟ ਇੱਥੇ ਵੀ ਜੈਗੁਆਰ ਦਾ ਸਾਈਨ ਆਉਂਦਾ ਸੋ ਇਹ ਟੱਚ ਸਟਾਰਟ ਅਤੇ ਸਟੋਪ ਦਾ ਬਟਨ ਹੈ ਦੇਖੋਗੇ ਤੁਸੀਂ ਨੋਬ ਉੱਪਰ ਆਉਂਦੀ ਹੈ ਨੋਬ ਉੱਪਰ ਆਉਂਦੀ ਹੈ ਇਹਦੇ ਪਹਿਲਾਂ ਹੀ ਅੰਦਰ ਹੁੰਦੀ ਹੈ ਫਿਰ ਉੱਪਰ ਆ ਜਾਂਦੀ ਹੈ ਅਤੇ ਤੁਸੀਂ ਦੇਖ ਸਕਦੇ ਸਾਰਾ ਸਭ ਕੁਛ ਕਿ ਜੋ ਜੋ ਵੀ ਆਪਸ਼ਨ ਹੈ ਤੁਹਾਨੂੰ ਇੱਥੇ ਐੱਲ ਈ ਡੀ ਲਾਈਟਸ ਦੇ ਉੱਤੇ ਆਉਂਦੇ ਆ ਅਤੇ ਸਾਰੇ ਵੈਂਟ ਪਲੱਸ ਅਗਰ ਮੈਂ ਵਾਪਸ ਬੰਦ ਕਰਦਾ ਤਾਂ ਨੋਬ ਵਾਪਸ ਅੰਦਰ ਚੱਲ ਜਾਂਦੀ ਹੈ ਅਤੇ ਪਲੱਸ ਇਹਦੇ ਜਿਹੜੇ ਵੈਂਟਸ ਨੇ ਇਹ ਸਾਰੇ ਬੰਦ ਹੋ ਜਾਂਦੇ ਆ ਜਦੋਂ ਤੁਸੀਂ ਗੱਡੀ ਬੰਦ ਕਰਕੇ ਜਾਣਾ ਅਤੇ ਅਗਰ ਤੁਸੀਂ ਗੱਡੀ ਨੂੰ ਬੰਦ ਕਰਕੇ ਚੱਲ ਵੀ ਜਾਂਦੇ ਤੁਹਾਡੇ ਕੋਲ ਪ੍ਰੋਪਰ ਬੰਦ ਨਹੀਂ ਹੁੰਦੀ ਇਹ ਆਟੋਮੈਟਿਕਲੀ ਲੋਕ ਕਰ ਦਿੰਦੀ ਹੈ ਗੱਡੀ ਨੂੰ ਕਿ ਤਾਂ ਕਿ ਕੋਈ ਅੰਦਰ ਬਾਹਰ ਨਾ ਜਾ ਸਕੇ ਔਰ ਕੋਈ ਵਾਰੀ ਭੁੱਲ ਜਾਂਦਾ ਤਾਂ ਤੁਸੀਂ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਸੋ ਦੁਬਾਰਾ ਔਨ ਕਰ ਲੈਂਦੇ ਹਾਂ ਇਹ ਸਭ ਤੋਂ ਕੂਲ ਫੀਚਰ ਲੱਗਦਾ ਮੈਨੂੰ ਇਹਦੇ ਬਾਰੇ ਅਤੇ ਹੋਰ ਗੱਲ ਕਰਾਂਗੇ ਤੁਸੀਂ ਉੱਧਰ ਆਇਓ ਉੱਧਰ ਆਇਓ ਸੋ
ਇੱਕ ਜਦੋਂ ਤੁਸੀਂ ਆਉਂਦੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਕਿੰਨੀ ਵਧੀਆ ਪ੍ਰੀਮੀਅਮ ਲੈਦਰ ਫਿਨਿਸ਼ਿੰਗ ਹੈ ਅਤੇ ਸਾਈਡ 'ਤੇ ਵੀ ਬਹੁਤ ਵਧੀਆ ਲੁੱਕ ਦਾ ਫੀਲ ਆਉਂਦਾ ਹੈ। ਤੁਸੀਂ ਇੱਦਾਂ ਲੱਗਦਾ ਜਿੱਦਾਂ ਕਿਸੇ ਕੋਕਪਿਟ ਦੇ ਵਿੱਚ ਬੈਠੇ ਹੋਏ ਹੋ। ਸੋ ਬਹੁਤ ਵਧੀਆ ਪਾਰਟੀਸ਼ਨ ਹੈ ਅਤੇ ਵੁੱਡ ਫਿਨਿਸ਼ਿੰਗ ਹੈ ਅਤੇ ਇੱਧਰ ਸਾਈਡ 'ਤੇ ਵੁੱਡ ਫਿਨਿਸ਼ਿੰਗ ਦੇਖ ਸਕਦੇ ਹੋ। ਪਲੱਸ ਇਹਦੇ ਵਿੱਚ ਇਹ ਜਿਸ ਇਸ ਮੋਡਲ ਦਾ ਨਾਮ ਹੈ ਮੈਰੀਡੀਅਨ। ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਈਡਸ ਅਤੇ ਜਿਹੜੀ ਰੂਫ ਹੈ ਇਹ ਸਾਰੀ ਸੁਏਡ ਹੈ, ਸੁਏਡ ਫਿਨਿਸ਼ ਹੈ। ਪਲੱਸ ਇਹਦੇ ਵਿੱਚ ਜਿਹੜੇ ਫੀਚਰਸ ਕਿ ਇਹਦੇ ਜਿਹੜਾ ਹੀਟਡ ਸਟੇਅਰਿੰਗ, ਹੀਟਡ ਸੀਟਸ, ਇਹਦੇ ਵਿੱਚ ਇੱਕ ਵਧੀਆ ਚੀਜ਼ ਹੈ ਕਿ ਆਲ ਫੋਰ ਜਿਹੜੀ ਸੀਟਸ ਨੇ ਇਹਦੀਆਂ ਉਹ ਸਾਰੀਆਂ ਹੀਟਡ ਨੇ। ਇਹਦੇ ਵਿੱਚ ਜਿਹੜੀ ਵਧੀਆ ਚੀਜ਼ ਮੈਂ ਲੱਗਦੀ, ਅਗਰ ਜਿਹੜੇ ਤੁਸੀਂ ਲਾਈਟਸ ਨੇ ਤੁਹਾਡੀ ਸਾਰੀ ਟੱਚ ਸੈਂਸਿਟਿਵ ਨੇ, ਅਗਰ ਜਸਟ ਟੱਚ ਇਟ, ਇਹ ਤੁਹਾਡਾ ਕੋਈ ਬਟਨ ਨਹੀਂ ਹੈ, ਕੁਛ ਨਹੀਂ ਹੈ। ਅਤੇ ਪਲੱਸ ਇੱਦਾਂ ਹੀ ਤੁਹਾਡੇ ਪੈਰਾਂ ਦੇ ਵਿੱਚ ਵੀ ਲਾਈਟਸ ਆ ਜਾਂਦੀ ਹੈ। ਐਂਡ ਹਾਂ, ਇਹਦੇ ਵਿੱਚ ਇੱਕ ਹੋਰ ਚੀਜ਼ ਕਿ ਕੈਨੇਡਾ ਦੇ ਵਿੱਚ ਜਿਵੇਂ ਕਿ ਸਾਰਿਆਂ ਹੀਟਡ ਸੀਟਸ ਦਾ ਆਪਸ਼ਨ ਹੁੰਦਾ, ਇਹਦੇ ਵਿੱਚ ਇੱਕ ਹੋਰ ਵਧੀਆ ਆਪਸ਼ਨ ਹੋਇਆ ਕੂਲੈਂਟ ਸੀਟ, ਕਿ ਅਗਰ ਗਰਮੀਆਂ ਨੇ ਜ਼ਿਆਦਾ ਤੁਹਾਡੀ ਗੱਡੀ ਧੁੱਪ ਦੇ ਵਿੱਚ ਖੜੀ ਹੈ ਅਤੇ ਤੁਹਾਡੀ ਕੂਲੈਂਟ ਦਾ ਆਪਸ਼ਨ ਹੈ ਕਿ ਗੱਡੀ ਦੀ ਅਗਰ ਸੀਟ ਤੁਹਾਡੀ ਠੰਡ ਗਰਮ ਹੋਈ ਪਈ ਹੈ ਤਾਂ ਤੁਸੀਂ ਉਹਨੂੰ ਕੂਲ ਵੀ ਕਰ ਸਕਦੇ ਹੋ। ਇੱਥੇ ਤੁਸੀਂ ਦੇਖ ਸਕਦੇ ਹੋ ਡੂਅਲ ਕਲਾਈਮੇਟ ਕੰਟਰੋਲ ਹੈ, ਅਗਰ ਇਹ ਮੈਨੂੰ ਜ਼ਿਆਦਾ ਠੰਡਾ ਜਾਂ ਗਰਮ ਨਹੀਂ ਚਾਹੀਦਾ ਤਾਂ ਮੈਂ ਆਪਣਾ ਇੱਥੇ ਦੀ ਕਲਾਈਮੇਟ ਕੰਟਰੋਲ ਕਰ ਸਕਦਾ। ਪਲੱਸ ਪੈਸੈਂਜਰ ਸਾਈਡ 'ਤੇ ਅਲੱਗ ਹੈ। ਅਤੇ ਅਗਰ ਤੁਸੀਂ ਆਹ ਦੇਖਦੇ ਹੋ ਇਹ ਬਟਨਸ, ਆਹ ਬਟਨ ਹੈ, ਇਹ ਹੈਗਾ ਜਾਲੀ ਆ ਹੁੰਦੀ ਦਾ ਕਿ ਆਪਣੀ ਜਿਹੜੀ ਬੈਕ ਵਿੰਡਸ਼ੀਲਡ ਹੈ ਦਿਸ ਵਨ, ਅਗਰ ਮੈਂ ਇਸ ਨੂੰ ਨਪਾਉਣਾ ਤਾਂ ਪਿੱਛੇ ਵਾਲੀ ਦੇਖਿਓ ਦਿਸ ਇਜ਼ ਦੀ ਵਨ ਕੂਲ ਫੀਚਰ ਕਿ ਅਗਰ ਕੋਈ ਗਰਮੀਆਂ ਦਾ ਮੌਸਮ ਹੈ, ਪਿੱਛੋਂ ਜ਼ਿਆਦਾ ਸਨਲਾਈਟ ਆ ਰਹੀ ਹੈ ਤਾਂ ਇਸ ਨੂੰ ਨਪਾ ਕੇ ਆਪਾਂ ਪਿੱਛੋਂ ਦੀ ਬਲੌਕ ਕਰ ਸਕਦੇ ਹਾਂ ਉਹਨੂੰ। ਸੋ ਚਲੋ ਆਪਾਂ ਪਹਿਲਾਂ ਡਰਾਈਵ ਕਰਕੇ ਦੇਖ ਲੈਂਦੇ ਹਾਂ। ਆਹ ਦੇਖ ਸਕਦੇ ਹੋ ਜਿਵੇਂ ਕਿ ਇੱਥੇ ਪਾਰਕਿੰਗ ਮੋਡ ਹੈ, ਰੇਅਰ ਨਿਊਟਰਲ ਡਰਾਈਵ, ਅਤੇ ਇਹ ਐਕਸਟਰਾ ਜਿਹੜਾ ਐਸ ਮੋਡਲ ਹੈ, ਸਪੋਰਟਸ ਮੋਡਲ ਹੈ। ਸੋ ਪਹਿਲਾਂ ਰਿਵਰਸ, ਅਤੇ ਫਿਰ ਨੈਕਸਟ ਡਰਾਈਵ ਸਿਰਫ ਘੁਮਾਉਣਾ ਅਤੇ ਇੱਥੇ ਪਹੁੰਚਾਉਣਾ। ਅਤੇ ਇੱਕ ਹੋਰ ਚੀਜ਼ ਬਹੁਤ ਵਧੀਆ ਕਿ ਆਪਾਂ ਨੂੰ ਆਦਤ ਹੁੰਦੀ ਹੈ ਜਦੋਂ ਆਪਾਂ ਗੱਡੀ ਚਲਾਉਂਦੇ ਹਾਂ ਕਿ ਵਾਰ ਵਾਰ ਆਪਣੇ ਸਪੀਡੋਮੀਟਰ ਵੱਲ ਦੇਖਣ ਨਾਲ ਜਾਂ ਫਿਰ ਇੱਧਰ ਦੇਖਣ ਨਾਲ, ਤਾਂ ਕਿ ਆਪਾਂ ਨੂੰ ਇਹ ਦੇਖਣਾ ਕਿ ਇਹ ਜਿਹੜੀ ਸਾਡੀ ਸਪੀਡ ਲਿਮਿਟ ਆ ਉਹ ਨਾ ਕਿਤੇ ਵੱਧ ਜਾਏ। ਸੋ ਅਗਰ ਤੁਸੀਂ ਦੇਖ ਸਕਦੇ ਹੋ ਕਿ ਜਿੰਨੀ ਵੀ ਆਪਣੀ ਸਪੀਡ ਹੋਏਗੀ ਉਹ ਸਾਹਮਣੇ ਪ੍ਰੋਜੈਕਸ਼ਨ 'ਤੇ ਦਿਖੇਗੀ ਮਿਰਰ ਦੇ ਵਿੱਚ ਹੀ, ਤਾਂ ਕਿ ਤੁਹਾਨੂੰ ਤੁਹਾਡਾ ਧਿਆਨ ਨਾ ਭਟਕੇ। ਸੋ ਜਿੱਦਾਂ ਵੀ ਆਪਾਂ ਚਲਾਵਾਂਗੇ ਗੱਡੀ ਨੂੰ ਅਤੇ ਉੱਥੇ ਹੀ ਤੁਹਾਡੀ ਮਿਰਰ ਦੇ ਉੱਤੇ ਤੁਹਾਨੂੰ ਸਪੀਡ ਦਿਖਦੀ ਰਹੇ ਅਤੇ ਪਲੱਸ ਕਿਹੜੇ ਮੋਡ ਦੇ ਵਿੱਚ ਹੋ ਤੁਸੀਂ ਅਤੇ ਕਿੰਨੀ, ਇਹ ਵੀ ਦੱਸੇਗੀ ਕਿ ਤੁਹਾਡੀ ਜਿਹੜੀ ਜਿਸ ਰੋਡ ਦੇ ਉੱਤੇ ਜਾ ਰਹੇ ਹੋ ਉਹਦੀ ਸਪੀਡ ਲਿਮਿਟ ਕਿੰਨੀ। ਜਿਵੇਂ ਇੱਥੇ 40 ਕਿਲੋਮੀਟਰ ਦਿਖਾ ਰਿਹਾ ਰਾਈਟ ਨਾਓ, ਮੇ ਬੀ ਤੁਸੀਂ ਨਹੀਂ ਦੇਖ ਪਾ ਰਹੇ, ਬਟ ਇੱਥੇ 40 ਕਿਲੋਮੀਟਰ ਦਿਖਾ ਰਿਹਾ, ਮਤਲਬ ਕਿ ਇਸ ਰੋਡ ਦੀ ਜਿਹੜੀ ਸਪੀਡ ਲਿਮਿਟ ਹੈ ਉਹ 40 ਦੀ ਹੈ। ਸੋ ਅੰਦਰੋਂ ਬਹੁਤ ਜ਼ਿਆਦਾ ਸਮੂਥ ਹੈ, ਮਤਲਬ ਤੁਹਾਨੂੰ ਆਊਟਸਾਈਡ ਪਤਾ ਨਹੀਂ ਲੱਗਦਾ ਕਿ ਹਾਂ ਕਿ ਕਿੰਨੀ ਕੀ ਸ਼ੋਰ ਆ ਰਿਹਾ ਜਾਂ ਫਿਰ ਕੋਈ ਵੀ ਪੋਟ ਹੋਲ ਆ ਰਿਹਾ, ਅਤੇ ਤੁਹਾਨੂੰ ਇੰਨਾ ਜ਼ਿਆਦਾ ਅੰਦਰ ਮਹਿਸੂਸ ਨਹੀਂ ਹੁੰਦਾ ਬਿਕੋਜ਼ ਉਹਦੇ ਇਹਦੇ ਸ਼ੋਕਰਸ ਬਹੁਤ ਵਧੀਆ ਨੇ, ਪਲੱਸ ਅੰਦਰੋਂ ਬਹੁਤ ਕੁਆਇਟ ਆ, ਇਹਦੇ ਜਿਹੜੀ ਜਿਹੜਾ ਇਹਦਾ ਸਟੇਅਰਿੰਗ ਆ ਬਹੁਤ ਜ਼ਿਆਦਾ ਸਮੂਥ ਹੈ, ਲਾਈਕ ਤੁਹਾਨੂੰ ਜ਼ਿਆਦਾ ਯੂਨੋ ਜ਼ੋਰ ਲਗਾਉਣ ਦੀ ਲੋੜ ਨਹੀਂ ਪੈਂਦੀ ਹੈਗੀ। ਬਾਕੀ ਫੀਚਰਸ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਕਿ ਸਾਰਾ ਕੰਟਰੋਲ ਆ ਜਿਹੜਾ ਇੱਥੇ ਹੀ ਹੈਗਾ ਕਿ ਅਗਰ ਤੁਸੀਂ ਲੋਕ ਕਰਨਾ ਅਨਲੋਕ ਕਰਨਾ, ਠੀਕ ਹੈ। ਅਤੇ ਪਲੱਸ ਚਾਈਲਡ ਲੋਕ, ਅਗਰ ਜਿਵੇਂ ਤੁਸੀਂ ਦੇਖ ਛੋਟਾ ਜਿਹਾ ਬੰਦਾ ਬਣਿਆ, ਅਗਰ ਇੱਥੇ ਚਾਈਲਡ ਲੋਕ ਲਾ ਦਿੰਦੇ ਅਤੇ ਕੋਈ ਹੋਰ ਕਿਸੇ ਵੀ ਡੋਰ ਤੋਂ ਤੁਸੀਂ ਇਹਨੂੰ ਓਪਨ ਨਹੀਂ ਕਰ ਸਕਦੇ, ਸਿਰਫ ਜਿਹੜਾ ਡਰਾਈਵਰ ਸੀਟ ਤੋਂ ਹੀ ਇਹ ਅਨਲੋਕ ਅਤੇ ਲੋਕ ਹੋ ਸਕਦਾ। ਬੰਦ ਕਰ ਦਿੰਦੇ ਹਾਂ। ਅਤੇ ਜਿਵੇਂ ਸਾਡੇ ਗੇਅਰ ਸ਼ਿਫਟ ਹੁੰਦਾ ਤਾਂ ਉੱਦਾਂ ਹੀ ਇੱਥੇ ਸਿਰਫ ਬਟਨਸ ਨੇ ਕਿ ਜਿਵੇਂ ਆਹ ਡਰਾਈਵ ਮੋਡ ਹੈ, ਈਕੋ ਮੋਡ, ਕਿ ਅਗਰ ਆਪਾਂ ਈਕੋ ਮੋਡ, ਜੇ ਆਪਾਂ ਇਕੋਨਮੀ ਦੇਖਣੇ ਕਿ ਜ਼ਿਆਦਾ ਚੱਲੇ, ਅਗਰ ਆਪਾਂ ਸਿਟੀ ਦੇ ਵਿੱਚ ਚਲਾ ਰਹੇ ਹਾਂ
ਅਤੇ ਜ਼ਿਆਦਾ ਚੱਲੇ ਅਤੇ ਮਾਈਲੇਜ ਜ਼ਿਆਦਾ ਚਾਹੀਦੀ ਹੈ ਤਾਂ ਫਿਰ ਈਕੋ ਮੋਡ। ਇਹਦੇ ਵਿੱਚ ਗ੍ਰੇਵਲ ਰੋਡ ਹੁੰਦੀ ਹੈ ਕਿ ਅਗਰ ਅਸੀਂ ਕਿਸੇ ਗ੍ਰੇਵਲ ਰੋਡ ਦੇ ਉੱਤੇ ਜਾ ਰਹੇ ਹਾਂ ਜਿੱਥੇ ਸਾਨੂੰ ਟਰੈਕਸ਼ਨ ਜ਼ਿਆਦਾ ਚਾਹੀਦੀ ਹੈ ਤਾਂ ਉਸ ਹਿਸਾਬ ਦੇ ਜਿਹੜੇ ਦੇ ਸ਼ੋਕਰਸ ਆ ਉੱਧਰ ਵਰਕ ਕਰਦੇ ਨੇ। ਅਤੇ ਜਿਹੜਾ ਆਹ ਵਾ ਇਹ ਹੈਗਾ ਸਪੋਰਟਸ ਐਕਸਟ੍ਰੀਮ ਸਪੋਰਟਸ ਮੋਡ। ਸੋ ਫਸਟ ਆਫ ਆਲ ਆਪਾਂ ਨੂੰ ਸਪੋਰਟਸ ਮੋਡ ਦੇ ਵਿੱਚ ਜਾਣਾ ਪਵੇਗਾ, ਸਪੋਰਟਸ ਮੋਡ ਦੇ ਵਿੱਚ ਜਾ ਕੇ ਫਿਰ ਇਹਨੂੰ ਯੂਜ਼ ਕਰਨ, ਤਾਂ ਕਿ ਅਗਰ ਆਪਾਂ ਕਿਸੇ ਨਾਲ ਰੇਸ ਲਗਾਉਣੀ ਹੈ ਜਾਂ ਫਿਰ ਮੈਕਸ ਪਾਵਰ ਯੂਜ਼ ਕਰਨੀ ਹੈ ਤਾਂ ਆਪਾਂ ਨੂੰ ਕਰਨਾ ਹੋਵੇ। ਸੋ ਯਾ, ਅਤੇ ਆਹ ਸਾਰਾ ਤੁਹਾਡਾ ਕੰਟਰੋਲ ਇੱਥੇ ਆ ਜਾਂਦਾ। ਇਹਦੇ ਵਿੱਚ ਤੁਹਾਡਾ ਔਕਸ ਐਂਡ ਬਲੂਟੁੱਥ ਹੈਗਾ, ਯੂ ਐੱਸ ਬੀ ਵੀ ਲਗਾ ਸਕਦੇ ਇਹਦੇ ਥੱਲੇ। ਇਹਦੇ ਵਿੱਚ ਯੂ ਐੱਸ ਬੀ ਦਾ ਆਪਸ਼ਨ ਹੈਗਾ, ਆਹ ਸਾਰਾ ਯੂ ਐੱਸ ਬੀ ਪਾਵਰ ਕੇਬਲ ਚਾਰਜਿੰਗ। ਅਤੇ ਪੈਡਲ ਸ਼ਿਫਟ ਆ, ਅਗਰ ਤੁਸੀਂ ਸਪੋਰਟਸ ਮੋਡ ਦੇ ਵਿੱਚ ਹੈਗੇ ਹੋ ਗੇਅਰ ਪਾ ਸਕਦੇ ਅਤੇ ਇਹਦੇ ਨਾਲ ਦੂਜੇ ਪਾਸੇ ਮਾਈਨਸ ਦਾ ਆਪਸ਼ਨ ਆ, ਇਹਦੇ ਨਾਲ ਗੇਅਰ ਨਿਕਲ ਸਕਦੇ ਆ। ਸੋ ਤੁਹਾਨੂੰ ਵਾਰ ਵਾਰ ਇਹ ਨੋਬ ਨਹੀਂ ਘੁੰਮਾਉਣੀ ਪੈਂਦੀ। ਸੋ ਸਾਰਾ ਤੁਹਾਡੇ ਕੰਟਰੋਲ ਇੱਥੇ ਹੀ ਹੈ। ਸੋ ਇੱਥੇ ਹੀ ਸਾਰਾ ਹੈਂਡਸ ਫਰੀ ਆਪਸ਼ਨ ਹੈ ਕਿ ਅਗਰ ਤੁਹਾਡਾ ਫੋਨ ਆ ਰਿਹਾ ਅਤੇ ਤੁਸੀਂ ਇਹਨੂੰ ਨੱਪੋਗੇ ਤਾਂ ਤੁਹਾਡੇ ਇੱਥੇ ਤੁਸੀਂ ਓਪਨ ਗੱਲ ਕਰਕੇ, ਜਿੱਦਾਂ ਹੈਂਡਸ ਫਰੀ ਆਪਸ਼ਨ ਹੈ ਅਤੇ ਤੁਸੀਂ ਬੈਠੇ ਬੈਠੇ ਤੁਹਾਨੂੰ ਫੋਨ ਚਲਾਉਣ ਦੀ ਜ਼ਰੂਰਤ ਨਹੀਂ ਹੈਗੀ ਅਤੇ ਇੱਥੋਂ ਹੀ ਤੁਸੀਂ ਸਾਰਾ ਕੰਟਰੋਲ ਕਰ ਸਕਦੇ ਹੋ। ਪਲੱਸ ਕਰੂਜ਼ ਕੰਟਰੋਲ ਕਿ ਸਪੀਡ ਕਿਵੇਂ ਕਰਨੀ ਹੈ, ਕਰੂਜ਼ ਦੀ ਕਿੰਨੀ ਚਾਹੀਦੀ ਹੈ, ਸਭ ਕੁਛ ਇੱਥੇ ਹੈ। ਤੁਹਾਡਾ ਵੋਲੀਅਮ ਹੈਗਾ ਅਤੇ ਸਭ ਬਾਕੀ ਸਾਰਾ ਤੁਹਾਨੂੰ ਆਪਸ਼ਨ ਇੱਥੇ ਆ ਜਾਂਦਾ ਤੁਹਾਡੇ ਡਿਸਪਲੇ ਦੇ ਉੱਤੇ। ਸੋ ਇਹ ਨੇ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਜੋ ਵੀ ਅਗਰ ਤੁਸੀਂ ਕੋਈ ਲਗਜ਼ਰੀ ਕਾਰ ਲੈਂਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਇਹ ਸਾਰੇ ਐਕਸਟਰਾ ਆਪਸ਼ਨਸ ਮਿਲਦੇ ਨੇ। ਜਿਵੇਂ ਕਿ ਆਪਾਂ ਨੋਰਮਲ ਕਾਰ ਦੇ ਵਿੱਚ ਇਹ ਛੋਟੇ ਮੋਟੇ ਆਪਸ਼ਨਸ ਤਾਂ ਹੈਗੇ ਕਿ ਕਲਾਈਮੇਟ ਕੰਟਰੋਲ ਹੈਗਾ ਜਾਂ ਹੀਟਡ ਸੀਟਸ ਹੈਗੇ, ਬਟ ਅਗਰ ਤੁਸੀਂ ਕੋਈ ਲਗਜ਼ਰੀ ਕਾਰ ਲੈਂਦੇ ਹੋ ਉਹਦੇ ਵਿੱਚ ਇਹ ਐਕਸਟਰਾ ਮਿਲਦਾ ਕਿ ਸਾਰਿਆਂ ਦੇ ਲਈ ਆਪਣੇ, ਜਿਵੇਂ ਕਿ ਅਗਰ ਇਹਦੇ ਵਿੱਚ ਕੂਲ ਸੀਟਾਂ ਵੀ ਨੇ ਅਤੇ ਹੀਟਡ ਵੀ ਨੇ, ਕਲਾਈਮੇਟ ਕੰਟਰੋਲ ਡੂਅਲ ਕਲਾਈਮੇਟ ਕੰਟਰੋਲ ਆ ਪਲੱਸ ਬੈਕ ਸੀਟ ਦੇ ਲਈ ਅਲੱਗ ਹੈ, ਅਤੇ ਜਿਹੜੀ ਆਹ ਪਿੱਛੇ ਜਾਲੀ ਜੀ ਸੀਗੀ ਕਿ ਅਗਰ ਸਨਲਾਈਟ ਬਲੋਕ ਕਰਨੀ ਆ ਉਹਦੇ ਲਈ ਅਲੱਗ ਤੋਂ ਬਟਨ ਹੈ। ਸੋ ਇਹ ਸਭ ਵਧੀਆ, ਪਲੱਸ ਚਲਾਉਣ ਵਿੱਚ ਜ਼ਿਆਦਾ ਸਮੂਥ ਹੈ, ਤੁਹਾਨੂੰ ਆਵਾਜ਼ ਨਹੀਂ ਫੀਲ ਨਹੀਂ ਹੁੰਦੀ ਕਿ ਹਾਂ ਕਿ ਬਾਹਰ ਇਹ ਕੁਛ ਅਗਰ ਜ਼ਿਆਦਾ ਸ਼ੋਰ ਆ ਰਿਹਾ ਅਤੇ ਜਾਂ ਫਿਰ ਕਿਤੇ ਤੁਸੀਂ ਉਬੜ ਖਾਬੜ ਰਸਤੇ ਉੱਤੇ ਜਾ ਰਹੇ ਤੁਹਾਨੂੰ ਜ਼ਿਆਦਾ ਫੀਲ ਨਹੀਂ ਹੁੰਦਾ ਹੈਗਾ। ਇਹਦੇ ਇੰਜਨ ਬਾਰੇ ਗੱਲ ਕਰਦੇ ਹਾਂ। ਸੋ ਇਹਦੇ ਵਿੱਚ ਹੈਗਾ ਨੈਚੁਰਲ ਐਸਪੀਰੇਟਡ 3 ਲੀਟਰ ਸੁਪਰ ਚਾਰਜ ਇੰਜਨ ਜਿਹਦੇ ਵਿੱਚ ਲਾਈਕ 380 ਹੋਰਸ ਪਾਵਰ ਹੈ। ਸੋ ਬਹੁਤ ਜ਼ਿਆਦਾ ਪਾਵਰ ਹੈ ਅਤੇ ਇਹਦੇ ਵਿੱਚ ਕੋਈ ਟਰਬੋ ਨਹੀਂ ਹੈ। ਸੋ ਨੈਚੁਰਲ ਐਸਪੀਰੇਟਡ ਹੈ, ਸੋ ਕੋਈ ਲੈਗ ਨਹੀਂ ਆਉਂਦਾ। ਸੋ ਅਗਰ ਲਗਜ਼ਰੀ ਤਾਂ ਹੈ ਹੀ ਹੈ, ਪਲੱਸ ਅਗਰ ਤੁਸੀਂ ਕਿਸੇ ਨਾਲ ਰੇਸ ਵੀ ਲਾਉਣੀ ਹੈ ਤਾਂ ਬਹੁਤ ਵਧੀਆ ਪਾਵਰ ਹੈ ਅਤੇ ਇਹ ਸਪੋਰਟਸ ਮੋਡ ਦੇ ਵਿੱਚ ਬਹੁਤ ਵਧੀਆ ਪਰਫੋਰਮੈਂਸ ਦਿੰਦੀ ਹੈ। ਸੋ ਇਹ ਤਾਂ ਸੀ ਅੱਜ ਦੀ ਵੀਡੀਓ ਬਾਰੇ, ਅਤੇ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਤਦ ਤੱਕ ਟੇਕ ਕੇਅਰ ਐਂਡ ਮਿਲਦੇ ਨਵੀਂ ਵੀਡੀਓ 'ਤੇ। ਬਾਏ।